ਜਾਤਾ ਕਪਰੂ ਦਾ ਲਾਈਵ ਚ ਕਰੰਟ ਬੱਲੀਏ। ਹਾਂਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ? ਉਮੀਦ ਕਰਦਾ ਤੁਸੀਂ ਹੋਵੋਗੇ ਸਾਰੇ ਠੀਕ ਠਾਕ। ਤੇ ਸਵਾਗਤ ਕੀਤਾ ਜਾਂਦਾ ਜੀ ਤੁਹਾਡਾ ਆਪਣੇ YouTube ਚੈਨਲ ਵਿੱਚ ਜਿਹਦਾ ਨਾਮ ਉਹੀ ਚੱਲਦਾ, ਤੇ ਉਹੀ ਚੱਲਦਾ ਚੈਨਲ ਨੂੰ ਤੁਸੀਂ ਕਰ ਲਿਓ ਜੀ ਸਬਸਕ੍ਰਾਈਬ, ਥੱਲੇ ਲਾਲ ਕਲਰ ਦਾ ਬਟਨ ਆਉਂਦਾ ਹੋਏਗਾ ਉਹਨੂੰ ਪ੍ਰੈਸ ਕਰਕੇ। ਤੇ ਅੱਜ ਆਪਾਂ ਗੱਲਬਾਤ ਕਰਾਂਗੇ ਮਿਸਟਰ ਐਂਡ ਮਿਸਿਸ ਬਾਵਾ ਦੇ ਉੱਤੇ। ਮਿਸਟਰ ਐਂਡ ਮਿਸਿਸ ਬਾਵਾ ਦੇ ਘਰ ਹੋ ਗਈ ਜੀ ਕਿਰਪਾ, ਕਿਰਪਾ ਹੋਈ ਨੂੰ ਕਿੰਨੇ ਮੰਥ ਹੋ ਗਏ ਜੀ ਤੁਹਾਨੂੰ ਵੀਡੀਓ ਦੇ ਵਿੱਚ ਵਿੱਚ ਦੱਸਿਆ ਜਾਏਗਾ। ਤੇ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ, ਤੇ ਹੁਣ ਕਰਦੇ ਆਪਾਂ ਵੀਡੀਓ ਨੂੰ ਸ਼ੁਰੂ। ਨਾਲ ਉਹ ਵੀ ਦੱਸਾਂਗੇ ਗੁੱਡ ਨਿਊਜ਼ ਕਿਉਂ, ਇੱਕ ਬੈਡ ਨਿਊਜ਼ ਵੀ ਹੈ। ਇੱਕ ਬੈਡ ਨਿਊਜ਼, ਗੁੱਡ ਨਿਊਜ਼ ਹੋਏ ਤਬੀਅਤ ਠੀਕ ਨਹੀਂ ਹੈਗੀ ਤੁਹਾਨੂੰ ਪਤਾ ਲੱਗ ਜੂਗਾ। ਇਹ ਤੋਂ ਆਈਡੀਆ ਲਾ ਸਕਦੇ ਹੋ ਤੁਸੀਂ, ਦੱਸਾਂਗੇ ਅੜਦੇ ਤੈਨੂੰ ਵੀ ਪਤਾ ਨਹੀਂ ਲੱਗਾ ਪਰ ਉਹਨਾਂ ਨੂੰ ਪਤਾ ਲੱਗ ਗਿਆ। ਤੇ ਬਾਕੀ ਤੁਹਾਨੂੰ ਦੱਸ ਦੇ। ਬਿਲਕੁਲ ਭਾਜੀ, ਇਹ ਤੇ ਗੱਲ ਤੁਸੀਂ ਬਿਲਕੁਲ ਸਹੀ ਕੀਤੀ ਆ। ਤੁਹਾਡੇ ਦੇਖਣ ਵਾਲਿਆਂ ਨੂੰ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਵਾ ਕਿ ਕੀ ਗੱਲ ਹੋਈ ਕੀ ਨਹੀਂ, ਕਿਉਂਕਿ ਉਹ ਸਾਰੇ ਹੀ ਠਰਕੀ ਆ, ਠਰਕੀਆਂ ਨੇ ਹੀ ਤੁਹਾਨੂੰ ਦੇਖਣਾ ਵਾ। ਤੇ ਹਰ ਇੱਕ ਕਾਮਯਾਬ ਬੰਦੇ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ, ਇਹ ਗੱਲ ਤਾਂ ਸੱਚੀ ਹੈ। ਬਾਵੇ ਤੂੰ ਅੱਜ ਕੱਲ੍ਹ ਸਿਆਣਾ ਨਹੀਂ ਹੋ ਗਿਆ? ਇਹ ਵੀ ਇੱਕ ਸਿਆਣੀ ਜੀ ਗੱਲ ਕਰਦੇ ਆ, ਹਰ ਇੱਕ ਕਾਮਯਾਬ ਬੰਦੇ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਆ। ਉਹ ਤੇ ਚੱਲ ਠੀਕ ਆ, ਔਰਤ ਦਾ ਹੱਥ ਹੋਵੇਗਾ, ਪਰ ਤੂੰ ਕਿਹੜੀ ਕਿਹੜੀ ਗਲਤ ਫਹਿਮੀ ਵਿੱਚ ਬੈਠਾ ਵਾ, ਤੂੰ ਕਿਦੋਂ ਦਾ ਕਾਮਯਾਬ? ਬਾਤ ਸਹੀ ਹੈ। ਚਲੋ ਫਟਾਫਟ ਖੜਕਾਣਾ ਸ਼ੁਰੂ ਕਰਤਾ। ਮੈਂ ਕਿਹਾ ਦੋ, ਮੈਂ ਫਟਾਫਟ ਪਾਣੀ ਦੋ ਮੱਗੇ ਮਾਰੇ, ਮੈਂ ਤਾਂ ਬਾਹਰ ਆਈ। ਤੇ ਮੈਂ ਕਿਹਾ ਤੂੰ ਇੰਨਾ ਸਾਈਕਲ ਚਲਾ ਲਾ, ਦੋ ਮਿੰਟ ਨੇ ਸਾਈਕਲ ਚਲਾਈ। ਮੈਂ ਕਿਹਾ ਚੱਲ ਸ਼ੁਕਰ ਟਿਕ ਗਈ, ਜਨਮ ਬਣਾ ਕੇ ਬਾਹਰ ਆ ਗਈ। ਕਿਤੇ ਸਮਝ ਨਹੀਂ ਲੱਗੀ ਯਾਰ, ਫਿਰ ਇੱਕ ਵਾਰੀ ਦੇਖੋ, ਫਿਰ ਇਹ ਟੌਪਿਕ ਤੇ ਗੱਲ ਕਰਦੇ ਹਾਂ। ਜੀ ਜੀ ਮੈਂ ਕਿਹਾ ਚੱਲ ਮੈਂ ਨਾਲ ਵਾਂ। ਫਿਰ ਇੰਨੀ ਨੂੰ ਮੈਨੂੰ ਜ਼ੋਰ ਜ਼ੋਰ ਦੀ ਖੜਕਾਣਾ ਸ਼ੁਰੂ ਕਰਤਾ, ਕੋਈ ਆਈ ਨਹੀਂ ਸੀ, ਹਨੇਰਾ ਸੀਗਾ। ਤੇ ਇੱਕ ਛੋਟੀ ਲਾਈਟ ਜਗਦੀ ਸੀਗੀ ਤੇ ਡਰ ਗਈ ਤੇ ਫਟਾਫਟ ਖੜਕਾਣਾ ਸ਼ੁਰੂ ਕਰਤਾ। ਮੈਂ ਕਿਹਾ ਦੋ, ਮੈਂ ਫਟਾਫਟ ਪਾਣੀ ਦੋ ਮੱਗੇ ਮਾਰੇ, ਮੈਂ ਤਾਂ ਬਾਹਰ ਆਈ। ਤੇ ਮੈਂ ਕਿਹਾ ਤੂੰ ਇੰਨਾ ਸਾਈਕਲ ਚਲਾ ਲਾ, ਦੋ ਮਿੰਟ ਨੇ ਸਾਈਕਲ ਚਲਾਈ। ਮੈਂ ਕਿਹਾ ਚੱਲ ਸ਼ੁਕਰ ਟਿਕ ਗਈ, ਜਨਮ ਬਣਾ ਕੇ ਬਾਹਰ ਆ ਗਈ। ਕਿਤੇ ਅੱਛਾ, ਪਹਿਲਾਂ ਭਾਬੀ ਜੀ ਨਾ ਰਹੇ ਸੀ ਤੇ ਫਿਰ ਨਾਦੇ ਨਾਦੇ ਬਾਹਰ ਆ ਗਏ, ਤੇ ਬਾਹਰ ਆਣ ਕੇ ਸਾਈਕਲ ਚਲਾਉਣ ਵੱਲੋਂ ਕਿਹਾ, ਤੇ ਫਿਰ ਭਾਬੀ ਜੀ ਹੁਣੇ ਨਾਨ ਚਲ ਗਏ, ਫਿਰ ਫਟਾਫਟ ਨਾ ਕੇ ਬਾਹਰ ਆ ਗਏ। ਫਿਰ ਇਹਦਾ ਮਤਲਬ ਕਿ ਪਹਿਲਾਂ ਭਾਬੀ ਜੀ ਹੁਣੇ ਓ ਸ਼ਿਟ ਯਾਰ, ਚਾਰ ਦਿਨਾਂ ਤੋਂ ਖੱਟਾ ਖਾਧਾ ਜਾ ਰਿਹਾ, ਕਦੀ ਭਟੂਰੇ ਖਾਧੇ ਜਾ ਰਿਹਾ, ਕਦੀ ਕੁਝ ਖਾਧਾ ਜਾ ਰਿਹਾ, ਕਦੀ ਕੁਝ ਖਾਧਾ ਜਾ ਰਿਹਾ। ਇਹਦਾ ਰਾਜ ਤੁਹਾਨੂੰ ਐਂਡ ਤੇ ਜਾ ਕੇ ਦੱਸਾਂਗੇ, ਦੱਸੋਗੇ ਰਾਜ ਹਨਾ ਖੱਟਾ ਖਾਣ ਦਾ। ਤੇ ਪਰ ਮੈਂ ਇੱਕ ਗੱਲ ਸਮਝ ਨਹੀਂ ਲੱਗੀ, ਜਿਹੜਾ ਤੁਸੀਂ ਵਿੱਚ ਕਿਹਾ ਕਿ ਕੁਝ ਕੁਝ ਚੀਜ਼ਾਂ, ਇਹਦੇ ਤੁਸੀਂ ਫਿਰ ਡੈਸ਼ ਛੱਡਤੀ ਨਾ, ਇਹ ਫਿਰ ਡੈਸ਼ ਆਪਾਂ ਭਰਨੀ ਆ, ਇਹ ਡੈਸ਼ ਦੇ ਵਿੱਚ ਤੇ ਫਿਰ ਨਹੀਂ, ਇਹ ਤੁਸੀਂ ਭਰਿਓ ਜਿਹੜੇ ਮੈਨੂੰ ਦੇਖਦੇ ਆ ਕਮੈਂਟ ਕਰਕੇ। ਅੱਜ ਕੀਤੀ ਜੀ ਮਾਸਾ ਮਾਸਾ ਪੇਨ ਹੋਈ ਸਟਾਰਟ, ਫਿਰ ਅੱਜ ਸਾਨੂੰ ਇੱਥੇ ਜਾਣਾ ਪਿਆ, ਫਿਰ ਸਾਨੂੰ ਇਹ, ਫਿਰ ਸਾਡੀ ਫਸਟ ਅਟਰਾ ਸਮਝ ਗਏ। ਤੇ ਫਿਰ ਉਸ ਤੋਂ ਬਾਅਦ ਇੱਦਾਂ ਚੱਲਦਾ 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 ਚੱਲਿਆ ਰਹਿਣਾ। ਫਿਰ ਉਸ ਤੋਂ ਬਾਅਦ ਜਦੋਂ ਹੁਣ ਬਾਬੇ ਕੰਟੈਂਟ ਦੀ ਕਮੀ ਪਈ ਤੇ ਫਿਰ ਤੀਜਾ ਵੀ ਤਿਆਰ ਕਿ ਨਹੀਂ, ਇਹ ਤੇ ਭੈਣ ਚੋ ਚੰਗੀ ਗੱਲ ਹੈ ਜੀ, ਜਦੋਂ ਕੰਟੈਂਟ ਦੀ ਕਮੀ ਪਵੇ ਪ੍ਰੈਗਨੈਂਸੀ ਬਲੌਗ ਸ਼ੁਰੂ। ਫਿਰ ਉਸ ਤੋਂ ਬਾਅਦ ਡੇਲੀ ਬਲੌਗ, ਅੱਜ ਹੋ ਗਿਆ ਜੀ ਏ, ਅੱਜ ਹੋ ਗਿਆ ਜੀ ਓ, ਠੀਕ ਹੈ ਜੀ, ਬਸ ਸਹੀ ਹੈ। ਹੁਣ ਤੁਹਾਡਾ ਨਾ ਜ਼ਿਆਦਾ ਟਾਈਮ ਖਰਾਬ ਕਰਦੇ ਹੋਏ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਮੰਥ ਦੀ ਕਿਰਪਾ ਹੋ ਚੁੱਕੀ ਹੈ ਜੀ, ਇਹਨਾਂ ਨੂੰ ਕਿੰਨੇ ਮੰਥ ਹੋ ਚੁੱਕੇ ਆ ਕਿਰਪਾ ਹੋਈ ਜੀ ਨੂੰ। ਤੇ ਹਾਂਜੀ ਬਾਬਾ ਜੀ ਦੱਸਿਓ, ਸੈਕਿੰਡ ਮੰਥ ਸਟਾਰਟ ਹੋ ਗਿਆ ਵਾ, ਠੀਕ ਆ ਜੀ, ਤੁਹਾਨੂੰ ਫਾਈਨਲੀ ਦੱਸ ਦਿੱਤਾ ਵਾ। ਤੇ ਬਾਕੀ ਯਾਰ ਆਪਣਾ ਧਿਆਨ, ਓ ਬਾਬਾ ਜੀ ਤੁਹਾਨੂੰ ਹੀ ਦੱਸ ਰਹੇ ਨੇ ਕਿ ਸੈਕਿੰਡ ਮੰਥ ਲੱਗ ਚੁੱਕਿਆ ਆ, ਤੇ ਤੁਸੀਂ ਧਿਆਨ ਰੱਖਣਾ ਵਾ ਸਾਰਿਆਂ ਨੇ ਸੈਕਿੰਡ ਮੰਥ। ਫਿਰ ਉਸ ਤੋਂ ਬਾਅਦ ਤੁਸੀਂ ਹੁਣ ਬਾਰ ਬਾਰ ਨਹੀਂ ਪੁੱਛਣਾ ਕਿ ਇਹ ਕਿਨਮਾ ਵਾ ਤੇ ਇਹ ਕਿਨਮਾ ਵਾ,
ਧਿਆਨ ਰੱਖਣਾ ਤੁਸੀਂ ਸਾਰਿਆਂ ਨੇ ਹੁਣ, ਠੀਕ ਆ ਜੀ। ਬਾਬਾ ਨੇ ਚਵਲ, ਪੰਜਾਬ ਦੇ ਬਲੌਗਰ ਚਵਲ, ਇੱਕ ਬਾਬਾ, ਇੱਕ ਹੈ ਜੀ ਦੀਪ ਮਠਾਰੂ। ਦੀਪ ਮਠਾਰੂ ਹੈ ਜੀ ਜਿਹੜਾ ਉਹ ਹੈ, ਹੁਣ ਕੰਟੈਂਟ ਉਹਦਾ ਚੇਂਜ ਹੋ ਗਿਆ, ਹੁਣ ਉਹ ਕਰਦਾ ਜੀ ਕੁੜੀ ਦੇ ਆਪਣੀ ਦੇ ਡਾਇਪਰ ਚੇਂਜ, ਠੀਕ ਹੈ। ਤੇ ਬਾਬੇ ਨੇ ਜੇ ਕਰਨੇ ਆ ਥੋੜੇ ਜਿਹੇ ਟਾਈਮ ਤੱਕ, ਕੋਈ ਨੀ ਤੁਹਾਨੂੰ ਵੀ ਦੱਸ ਦਾਂਗੇ ਜੀ ਕਦੋਂ ਚੇਂਜ ਕਰਦਾ। ਤੇ ਆਪਣੀ ਵੀਡੀਓ ਆ ਜੀ ਸਹਿਣਸ਼ੀਲਤਾ ਵਾਲੀ, ਕਿ ਆਪਾਂ ਕਿਸੇ ਭੈਣ ਚੋਦ ਨੂੰ ਗਾਲ ਨਹੀਂ ਕੱਢਣੀ, ਜੋ ਮਰਜ਼ੀ ਹੈ ਜੀ ਆਪਾਂ ਇਹ ਸਾਲੇ ਨੂੰ ਗਾਲ ਨਹੀਂ ਕੱਢਣੀ, ਠੀਕ ਹੈ ਜੀ। ਤੇ ਬਾਕੀ ਤੁਸੀਂ ਕਰ ਲਿਓ ਜੀ ਚੈਨਲ ਨੂੰ ਸਬਸਕ੍ਰਾਈਬ, ਇਹ ਚੈਨਲ ਤੁਸੀਂ ਬਿਨਾਂ ਹੈੱਡਫੋਨ ਤੋਂ ਲਾ ਕੇ ਵੀ ਸੁਣ ਸਕਦੇ ਹੋ, ਕਿਉਂਕਿ ਆਪਾਂ ਕਿਸੇ ਨੂੰ ਭੈਣ ਚੋਦ ਨੂੰ ਗਾਲ ਨਹੀਂ ਕੱਢਣੀ, ਠੀਕ ਹੈ ਜੀ। ਤੇ ਲਾਲ ਕਲਰ ਦਾ ਬਟਨ ਆਉਂਦਾ ਹੋਵੇਗਾ ਇੱਥੇ ਜੀ, ਤੇ ਉਹਨੂੰ ਕਰ ਲਿਓ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ।